ਬਰਸਾਤ ਹੋ ਰਹੀ ਆ, ਬਰਸਾਤ ਦੇ ਵਿੱਚ ਵੀ ਕਿਸਾਨ ਜਿਹੜੇ ਆ ਮੋਰਚੇ 'ਚ ਡਟੇ ਹੋਏ ਆ। ਬਰਸਾਤ ਲਗਾਤਾਰ ਸ਼ੰਭੂ ਬਾਰਡਰ 'ਤੇ ਹੋ ਰਹੀ ਆ ਅਤੇ ਕਿਸਾਨ ਆਪਣੇ ਮੋਰਚਿਆਂ ਦੇ ਵਿੱਚ ਜਿਹੜੇ ਆ ਉਹ ਡਟੇ ਹੋਏ ਆ। ਕੁਝ ਥਾਵਾਂ 'ਤੇ ਟੈਂਟ 'ਚ ਉਹ ਵੀ ਰਹੇ, ਆਪਣਾ ਪ੍ਰਬੰਧ ਕਰ ਰਹੇ ਆ ਅਤੇ ਲੰਗਰ ਵੀ ਆ। ਤੋ ਤਰਪਾਲਾਂ 'ਤੇ ਲੰਗਰ ਦੀ ਲੋੜ ਹੈਗੀ ਆ ਹੁਣ। ਤੋ ਇੱਧਰ ਤੁਸੀਂ ਦੇਖੋ ਕਿ ਲੰਗਰ ਵੀ ਚੱਲ ਰਿਹਾ ਵਾ, ਠੀਕ ਹੈ ਜੀ। ਆਪਣਾ ਕੰਮ ਤਾਂ ਤਰਪਾਲਾਂ ਦਾ ਪ੍ਰਬੰਧ ਕਰਕੇ, ਜਿਵੇਂ ਲੋਕ ਆਪਣੀਆਂ ਟਰੈਕਟਰ ਟਾਲੀਆਂ ਵਿੱਚ ਹੀ ਬੈਠੇ ਹੋਏ ਆ, ਠੀਕ ਹੈ ਜੀ। ਪਰ ਮੋਰਚਾ ਚੜ੍ਹਦੀ ਕਲਾ ਲੰਗਰ ਦਾ ਹਾਲਾਤ ਨੇ ਜੀ, ਠੀਕ ਆ। ਔਰ ਲੋਕ ਆਪਣੇ ਬੈਠੇ ਹੋਏ ਟਰੈਕਟਰ ਟਾਲੀਆਂ। ਬਰਸਾਤ ਹੋ ਰਹੀ ਆ, ਬਰਸਾਤ ਦੇ ਵਿੱਚ ਵੀ ਕਿਸਾਨ ਜਿਹੜੇ ਆ ਮੋਰਚੇ 'ਚ ਡਟੇ ਹੋਏ ਆ। ਬਰਸਾਤ ਲਗਾਤਾਰ ਸ਼ੰਭੂ ਬਾਰਡਰ 'ਤੇ ਹੋ ਰਹੀ ਆ ਅਤੇ ਕਿਸਾਨ ਆਪਣੇ ਮੋਰਚਿਆਂ ਦੇ ਵਿੱਚ ਜਿਹੜੇ ਆ ਉਹ ਡਟੇ ਹੋਏ ਆ। ਕੁਝ ਥਾਵਾਂ 'ਤੇ ਟੈਂਟ 'ਚ ਉਹ ਵੀ ਰਹੇ, ਆਪਣਾ ਪ੍ਰਬੰਧ ਕਰ ਰਹੇ ਆ ਅਤੇ ਲੰਗਰ ਵੀ ਆ। ਤੋ ਤਰਪਾਲਾਂ 'ਤੇ ਲੰਗਰ ਦੀ ਲੋੜ ਹੈਗੀ ਆ ਹੁਣ। ਤੋ ਇੱਧਰ ਤੁਸੀਂ ਦੇਖੋ ਕਿ ਲੰਗਰ ਵੀ ਚੱਲ ਰਿਹਾ ਵਾ, ਠੀਕ ਹੈ ਜੀ। ਆਪਣਾ ਕੰਮ ਤਾਂ ਤਰਪਾਲਾਂ ਦਾ ਪ੍ਰਬੰਧ ਕਰਕੇ, ਜਿਵੇਂ ਲੋਕ ਆਪਣੀਆਂ ਟਰੈਕਟਰ ਟਾਲੀਆਂ ਵਿੱਚ ਹੀ ਬੈਠੇ ਹੋਏ ਆ, ਠੀਕ ਹੈ ਜੀ। ਪਰ ਮੋਰਚਾ ਚੜ੍ਹਦੀ ਕਲਾ ਲੰਗਰ ਦਾ ਹਾਲਾਤ ਨੇ ਜੀ, ਠੀਕ ਆ। ਔਰ ਲੋਕ ਆਪਣੇ ਬੈਠੇ ਹੋਏ ਟਰੈਕਟਰ ਟਾਲੀਆਂ। ਬਰਸਾਤ ਹੋ ਰਹੀ ਆ, ਬਰਸਾਤ ਦੇ ਵਿੱਚ ਵੀ ਕਿਸਾਨ ਜਿਹੜੇ ਆ ਮੋਰਚੇ 'ਚ ਡਟੇ ਹੋਏ ਆ। ਬਰਸਾਤ ਲਗਾਤਾਰ ਸ਼ੰਭੂ ਬਾਰਡਰ 'ਤੇ ਹੋ ਰਹੀ ਆ ਅਤੇ ਕਿਸਾਨ ਆਪਣੇ ਮੋਰਚਿਆਂ ਦੇ ਵਿੱਚ ਜਿਹੜੇ ਆ ਉਹ ਡਟੇ ਹੋਏ ਆ। ਕੁਝ ਥਾਵਾਂ 'ਤੇ ਟੈਂਟ 'ਚ ਉਹ ਵੀ ਰਹੇ, ਆਪਣਾ ਪ੍ਰਬੰਧ ਕਰ ਰਹੇ ਆ ਅਤੇ ਲੰਗਰ ਵੀ ਆ। ਤੋ ਤਰਪਾਲਾਂ 'ਤੇ ਲੰਗਰ ਦੀ ਲੋੜ ਹੈਗੀ ਆ ਹੁਣ। ਤੋ ਇੱਧਰ ਤੁਸੀਂ ਦੇਖੋ ਕਿ ਲੰਗਰ ਵੀ ਚੱਲ ਰਿਹਾ ਵਾ, ਠੀਕ ਹੈ ਜੀ। ਆਪਣਾ ਕੰਮ ਤਾਂ ਤਰਪਾਲਾਂ ਦਾ ਪ੍ਰਬੰਧ ਕਰਕੇ, ਜਿਵੇਂ ਲੋਕ ਆਪਣੀਆਂ ਟਰੈਕਟਰ ਟਾਲੀਆਂ ਵਿੱਚ ਹੀ ਬੈਠੇ ਹੋਏ ਆ, ਠੀਕ ਹੈ ਜੀ। ਪਰ ਮੋਰਚਾ ਚੜ੍ਹਦੀ ਕਲਾ ਲੰਗਰ ਦਾ ਹਾਲਾਤ ਨੇ ਜੀ, ਠੀਕ ਆ। ਔਰ ਲੋਕ ਆਪਣੇ ਬੈਠੇ ਹੋਏ ਟਰੈਕਟਰ ਟਾਲੀਆਂ। ਬਰਸਾਤ ਹੋ ਰਹੀ ਆ, ਬਰਸਾਤ ਦੇ ਵਿੱਚ ਵੀ ਕਿਸਾਨ ਜਿਹੜੇ ਆ ਮੋਰਚੇ 'ਚ ਡਟੇ ਹੋਏ ਆ। ਬਰਸਾਤ ਲਗਾਤਾਰ ਸ਼ੰਭੂ ਬਾਰਡਰ 'ਤੇ ਹੋ ਰਹੀ ਆ ਅਤੇ ਕਿਸਾਨ ਆਪਣੇ ਮੋਰਚਿਆਂ ਦੇ ਵਿੱਚ ਜਿਹੜੇ ਆ ਉਹ ਡਟੇ ਹੋਏ ਆ। ਕੁਝ ਥਾਵਾਂ 'ਤੇ ਟੈਂਟ 'ਚ ਉਹ ਵੀ ਰਹੇ, ਆਪਣਾ ਪ੍ਰਬੰਧ ਕਰ ਰਹੇ ਆ ਅਤੇ ਲੰਗਰ ਵੀ ਆ। ਤੋ ਤਰਪਾਲਾਂ 'ਤੇ ਲੰਗਰ ਦੀ ਲੋੜ ਹੈਗੀ ਆ ਹੁਣ। ਤੋ ਇੱਧਰ ਤੁਸੀਂ ਦੇਖੋ ਕਿ ਲੰਗਰ ਵੀ ਚੱਲ ਰਿਹਾ ਵਾ, ਠੀਕ ਹੈ ਜੀ। ਆਪਣਾ ਕੰਮ ਤਾਂ ਤਰਪਾਲਾਂ ਦਾ ਪ੍ਰਬੰਧ ਕਰਕੇ, ਜਿਵੇਂ ਲੋਕ ਆਪਣੀਆਂ ਟਰੈਕਟਰ ਟਾਲੀਆਂ ਵਿੱਚ ਹੀ ਬੈਠੇ ਹੋਏ ਆ, ਠੀਕ ਹੈ ਜੀ। ਪਰ ਮੋਰਚਾ ਚੜ੍ਹਦੀ ਕਲਾ ਲੰਗਰ ਦਾ ਹਾਲਾਤ ਨੇ ਜੀ, ਠੀਕ ਆ। ਔਰ ਲੋਕ ਆਪਣੇ ਬੈਠੇ ਹੋਏ ਟਰੈਕਟਰ ਟਾਲੀਆਂ।